ये 15-15 दिन घर पहुँचते हैं, इसके माँ बाप और इसके बेबियाँ परेशान हो जाती घर पे मिलने के लिए। हम किसी सरकार कानून के विरोध में मिलिए प्रावधान। हम किसी सरकार और कानून के खिलाफ नहीं है, पर नियम ये है कि कानून में संशोधन करें, इसको लाके जुर्माने की ओर ली जाए, ये किसी भी बैठक करके सही काम करे। ये हर आदमी ड्राइवर जो रहता है परिवार पालने के लिए होता है, और जो सबसे गरीबी स्थिति में होता है वही आदमी ड्राइवर मजबूरी और परेशानी में ड्राइवर बनता है ना। ड्राइवर कोई हर आदमी मर्जी से बनता है क्या? कोई भी आदमी नहीं बनता। कोई माँ बाप नहीं चाहता कि मेरा बच्चा ड्राइवर बने, कोई चाहता है कि मार्शल बने, इंजीनियर बने, पुलिस बने या नेता बने, कोई भी बने, पर कोई ये नहीं चाहता कि मार्शल बने। ਸਟਾਕ ਹੋ ਚੁੱਕਾ ਇਸ ਵਕਤ ਖਤਮ ਆ ਤੇ ਅੱਡਾ ਗੁੱਗੂ ਬੂਹਾ ਵਿਖੇ ਖੜੇ ਹੋਏ ਆ। ਤੁਹਾਨੂੰ ਕੁਝ ਦਿਖਾ ਰਹੇ ਹਾਂ ਦ੍ਰਿਸ਼, ਜਿਹੜੇ ਕਿ ਤੇਲ ਲੈਣ ਵਾਸਤੇ ਵੀਰ ਖੜੇ ਹੋਏ ਨੇ ਬਹੁਤ ਜ਼ਿਆਦਾ। ਤੇ ਇਸ ਵਕਤ ਦੁਨੀਆ ਦਾ ਬਹੁਤ ਹੀ ਮੰਦਾ ਹਾਲ ਹੋ ਰਿਹਾ ਵਾ। ਜਿਹੜੀ ਹੜਤਾਲ ਹੋਈ ਹੈ ਨਾ ਡਰਾਈਵਰ ਵੀਰਾਂ ਨੇ ਕੀਤੀ, ਅਤੇ ਮੋਦੀ ਸਰਕਾਰ ਨੂੰ ਚਾਹੀਦਾ ਕਿ ਜਿਹੜੀ ਹੜਤਾਲ ਹੈ ਉਹਨੂੰ ਖਤਮ ਕਰਾਇਆ ਜਾਵੇ, ਕਿ ਜਿਹੜੇ ਬਿੱਲ ਨੇ ਬਣਾਏ ਆ ਡਰਾਈਵਰਾਂ ਵਾਸਤੇ ਉਹਨੂੰ ਰੱਦ ਕੀਤਾ ਜਾਵੇ। ਅਤੇ ਜਨਤਾ ਦਾ ਬਹੁਤ ਹੀ ਮੰਦਾ ਹਾਲ, ਤੇਲ ਲੈਣ ਵਾਸਤੇ ਲੱਗੀਆਂ ਹੋਈਆਂ ਕਤਾਰਾਂ, ਕਿਉਂਕਿ ਜਿਹੜਾ ਪੈਟਰੋਲ ਆ ਉਹ ਰੋਜ਼ਮਰਰਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਾ ਹੈ ਲੋਕਾਂ ਦਾ, ਕਿਉਂਕਿ ਲੋਕ ਬਹੁਤ ਹੀ ਪਰੇਸ਼ਾਨ ਹੁੰਦੇ ਹੋਏ ਸਾਨੂੰ ਦੇਸੀ ਰਿਹਾ ਤਸਵੀਰਾਂ ਦੇ ਵਿੱਚ ਬਹੁਤ ਹੀ ਤਕੜੀਆਂ ਤਕੜੀਆਂ ਲਾਈਨਾਂ ਲੱਗੀਆਂ ਹੋਈਆਂ। ਜਿਹੜਾ ਪੈਟਰੋਲ ਦਾ ਸਟੋਕ ਹੈ ਉਹ ਖਤਮ ਹੋ ਚੁੱਕਾ ਹੈ ਇਸ ਵਕਤ ਵੀਰੇ, ਅਤੇ ਬਹੁਤ ਹੀ ਹਾਹਾਕਾਰ ਮੱਚੀ ਹੋਈ ਹੈ ਇਸ ਵਕਤ ਅੱਡਾ ਗੱਗੂ ਬੂਹਾ ਦੇ ਵਿੱਚ ਖੜ੍ਹੇ ਹਾਂ, ਅਤੇ ਪੈਟਰੋਲ ਪੰਪ 'ਤੇ ਖੜ੍ਹੇ ਹੋਏ ਹਾਂ। ਇੱਥੇ ਬਹੁਤ ਹੀ ਮੰਦਾ ਹਾਲ ਹੈ ਬੱਚਿਆਂ ਦਾ, ਕਿਉਂਕਿ ਕੋਈ ਕਹਿੰਦਾ ਮੈਨੂੰ ਤੇਲ ਪੈ ਜਾਵੇ, ਕੋਈ ਕਹਿੰਦਾ ਮੈਨੂੰ ਪੈ ਜਾਵੇ, ਪਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਦਾ ਇਹ ਸੂਤਰ ਆਉਣ ਵਾਲਾ ਕੰਮ, ਕਿਉਂਕਿ ਤੇਲ ਦਾ ਸਟੋਕ ਵੀ ਥੋੜ੍ਹਾ ਹੀ ਰਹਿ ਗਿਆ ਮਗਰ, ਅਤੇ ਹਾਹਾਕਾਰ ਮੱਚੀ ਹੋਈ ਹੈ ਅਤੇ ਬਹੁਤ ਹੀ ਮੰਦੇ ਹਾਲ ਨੇ ਜਨਤਾ ਦੇ। ਅਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਚੰਗਾ ਵੀਰਿਓ, ਅਗਲਾ ਅਪਡੇਟ ਲੈ ਕੇ ਤੁਹਾਡੇ ਵਾਸਤੇ ਜਲਦੀ ਪਹੁੰਚਾਂਗੇ ਚੈਨਲ।